Andy. No, yo. ਸਭ ਤੋਂ ਪਹਿਲਾਂ ਤੁਹਾਡੀ ਆਪਣੀ ਨਿਮਾਣੀ ਜੀ ਐਸ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਬਾਬਾ ਮਹਿਤਾਬ ਸਿੰਘ ਜੀ, ਜੋ ਕਿ ਇਹ ਦੂਸਰਾ ਮੇਲਾ ਤਿਉਣਾ ਪੁਜਾਰੀਆ ਦੇ ਵਿੱਚ ਹੋ ਰਿਹਾ, ਸੋ ਇਸ ਮੇਲੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਸੋ ਮੈਂ ਸਪੈਸ਼ਲ ਥੈਂਕਸ ਕਰਦੀ ਹਾਂ ਸੁਖ ਧਾਲੀਵਾਲ ਜੀ ਔਰ ਕਾਲਾ USA ਜੀ ਔਰ ਸਾਡੇ ਭਾਬੀ ਜੀ, ਜੋ ਕਿ ਬਹੁਤ ਜ਼ਿਆਦਾ ਮਾਨ ਸਨਮਾਨ ਕਰਦੇ ਨੇ। ਥੈਂਕ ਯੂ, ਜ਼ਿਆਦਾ ਸਮਾਂ ਨਾ ਲੈਂਦੇ ਹੋਏ। ਹਾਂਜੀ, ਸਾਡੇ ਬਹੁਤ ਹੀ ਹਰਮਨ ਪਿਆਰੇ ਲੋਕ ਗਾਇਕ ਦਿਲਦਾਰ ਸ਼ਰੀਫ ਜੀ, ਇੱਕ ਵਾਰੀ ਉਹਨਾਂ ਦੇ ਨਾਂ ਤੇ ਵੀ ਤਾੜੀਆਂ ਕਰ ਦਿਓ। ਇਹ ਤੋਂ ਬਾਅਦ ਇਸ ਤੌਰ ਤੋਂ ਬਾਅਦ ਦਿਲਵਰ ਟੀਨਾ ਜੀ, ਪੂਰੇ ਆਪਦੇ ਤੜਾਵੀਆਂ ਕਸ ਲਓ, ਟਾਈਮ ਹੈ ਨੀ। ਹਾਂਜੀ, ਆ ਜਾਓ ਜੀ। ਸੋ ਮੇਰੀ ਭਾਬੀ ਜੀ ਦੀ ਫਰਮਾਇਸ਼ ਹੈ, ਕਹਿੰਦੇ ਪਿਛਲੀ ਵਾਰੀ ਮੈਂ ਲੇਟ ਆਈ ਸੀ ਤੇ ਤੁਸੀਂ ਪਹਿਲਾਂ ਗਾ ਕੇ ਚਲੇ ਗਏ ਸੀ। ਕਹਿੰਦੇ ਮੇਰੇ ਬਾਪੂ ਦਾ ਜਵਾਈ ਬਣ ਜਾ, ਤੇਰੀ ਬੇਬੇ ਦੀ ਬਣਾ ਲੈ, ਮੈਨੂੰ ਨੂੰਹ ਵੇ ਗੀਤ ਸੁਣਾ ਕੇ ਜਾਣਾ ਜੀ। ਸੋ ਆਪਾਂ ਸ਼ੁਰੂਆਤ ਹੀ ਉਹ ਤੋਂ ਕਰਦੇ ਹਾਂ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਹੋ ਲੱਖਾਂ ਤੇਰੀਆਂ ਮੈਂ ਮੰਨਾ ਸੋਹਣਿਆ, ਜਵਾਈ ਬਣ ਜਾ।
ਬਹੁਤ ਵੱਡੇ ਵੱਡੇ ਫਨਕਾਰ ਬੈਠੇ ਨੇ ਇੱਥੇ। ਜੇ ਕੋਈ ਗਲਤੀ ਵੀ ਹੋ ਗਈ ਤਾਂ ਮੈਨੂੰ ਮਾਫ ਕਰ ਦਿਓ, ਜਿੱਦਾਂ ਕਿ ਗੋਰਾ ਚੱਕ ਵਾਲਾ ਜੀ ਔਰ ਮੇਰੀ ਭੈਣ ਜਸਪਾਲ ਜੱਸੀ ਜੀ, ਜਸਪਾਲ ਜੱਸ ਮਾਝੇ ਦੀ ਮੁਹੱਬਤੀ ਹੈ, ਕਿਆ ਬਾਤ ਹੈ ਜੀ। ਸੋ ਕੋਈ ਗਲਤੀ ਹੋ ਗਈ ਤਾਂ ਮਾਫ ਕਰ ਦਿਓ ਜੀ, ਰੈਗੂਲਰ ਪ੍ਰੋਗਰਾਮ ਚੱਲ ਰਿਹਾ, ਅੱਜ ਵੀ ਰਾਤ ਦਾ ਪ੍ਰੋਗਰਾਮ ਪੈਣੇ ਆ। ਰਾਤ ਦਾ ਨਿਹਾਲ ਸਿੰਘ ਵਾਲੇ ਸੀਗਾ, ਇੰਨੇ ਵੱਡੇ ਫਨਕਾਰ ਬੈਠੇ ਹੋਣ ਤੇ ਇੱਕ ਨਿਮਾਣਾ ਜਿਹਾ ਸਿੰਗਰ ਗਾਉਂਦਾ ਹੋਵੇ ਤਾਂ ਉਹਦੀਆਂ ਲੱਤਾਂ ਕੰਬਦੀਆਂ ਹੁੰਦੀਆਂ। ਸੋ ਆਪਣੀ ਨਿਮਾਣੀ ਜੀ ਐਸਕੌਰ ਨੂੰ ਬਰਦਾਸ਼ਤ ਕਰਿਓ ਤੁਸੀਂ, ਠੀਕ ਹੈ ਜੀ, ਥੈਂਕ ਯੂ। ਸਾਡੇ ਦਰਮਿਆਨ ਬਰਾਜਮਾਨ ਸਾਡੇ ਸੋਨੂ ਵਿਰਕ ਜੀ, ਜ਼ੋਰਦਾਰ ਤਾੜੀਆਂ ਲਾ ਦਿਓ ਜਦੋਂ ਨੇੜੇ ਆ ਕੇ, ਪਹਿਲੇ ਨਾਲ ਮਸਾਲਾ ਮਕਾ ਲਿਓ। ਕਈ ਵਾਰੀ ਇਹ ਵੀ ਤੈਨੂੰ ਪਤਾ ਤੇੜੀਆਂ ਦੁਖਣ ਲੱਗ ਗਈਆਂ, ਆ ਜਾਓ ਜੀ। ਰੋਟੀ ਨੂੰ ਮੈਨੂੰ ਤੇਰੀ ਅੱਖ ਸਾਬ ਕਰਦੀ ਤੇਰੀ
ਹਾਂਜੀ ਬਹੁਤ ਵਧੀਆ, ਜਾਣਾ ਨੀ ਖੜੇ ਰਹੋ ਇੱਥੇ। ਇਹਨਾਂ ਦੇ ਨਾਲ ਹੀ ਸ਼ਰੀਫ ਦਲਦਾਰ ਜੀ, ਪਹਿਲਾਂ ਇੱਕ ਗੀਤ, ਉਸ ਤੋਂ ਬਾਅਦ ਡਿਊਟ ਜੋੜੀਏ ਲਾਉਣਗੇ, ਗੀਤ ਲਾਉਣਗੇ। ਠੀਕ ਹੈ ਜੀ, ਤਿਆਰ ਰਹੋ ਜੀ ਤੁਸੀਂ, ਆਪਣਾ ਦਿਲਵਰ ਟੀਨਾ ਜੀ ਤੁਸੀਂ ਵੀ ਤਿਆਰ ਰਹੋ, ਜੱਗਾ ਸੂਰਤੀਆ ਤੇ ਸਾਡਾ ਵੀਰ ਬਲਦੇਵ ਸੇਖੋਂ ਜੀ। ਠੀਕ ਹੈ ਜੀ, ਹਾਂਜੀ। ਤੇ ਤੱਕ ਰਹੀਆਂ ਤੇਰੇ ਦੇਖਣੇ ਨੂੰ, ਤੇ ਤੱਕ ਰਹੀਆਂ ਤੇਰੇ ਦੇਖਣੇ ਨੂੰ, ਮੁੱਖੋਂ ਸਖਤ ਜਵਾਬ ਨਾ ਹੋ ਜਾਰਾ, ਜਿੱਥੇ ਤੇਰੀਆਂ ਮੇਰੀਆਂ ਲੱਗ ਗਈਆਂ ਉੱਥੇ ਹੋਰ ਨੀ ਕਿਸੇ ਦਾ ਢੋ ਜਾਰਾ, ਮੇਲੇ ਹੋਣਗੇ ਨਾਲ ਨਸੀਬ ਸਾਡੇ ਬੈਠਾ ਇਲਮ ਕਲਾਮ ਨੂੰ ਰੋਜ਼ਾ। ਇਹ ਉਹਨਾਂ ਆਸ਼ਕਾਂ ਦੀ ਇਬਾਦਤ ਆ, ਉਹਨਾਂ ਦੀ ਗੱਲ ਹੈ ਜਿਹੜੇ ਚਲੇ ਗਏ, ਪਰ ਸਾਡੇ ਗਾਉਣ ਵਾਲਿਆਂ ਨੂੰ ਬਹੁਤ ਔਖਾ ਕਰ ਗਏ। ਹਾਂ, ਨਾ ਜੰਮਣ ਲੱਗੇ ਇੰਨੇ ਔਖੇ ਆ, ਨਾ ਮਰਨ ਲੱਗੇ, ਇਹਨਾਂ ਦਾ ਧੂੰਆਂ ਕੱਢ ਕੇ ਆ ਜਾਓ ਜੀ। ਇਸ ਸੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਹੂੰਗੀ ਵੀ ਸਾਰੇ ਜਣੇ ਆਪਣੇ ਆਪਣੇ ਨਾਮ ਤੇ ਤਾੜੀ ਲਾ ਦੋ, ਸਵੇਰ ਦੇ ਬੈਠੇ ਹੋ ਤੁਸੀਂ, ਇੰਨਾ ਟਾਈਮ ਬਹਿਣਾ ਬਹੁਤ ਔਖਾ, ਸਵੇਰ ਦੇ ਬੈਠੇ ਹੋ, ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦੋ ਜੀ ਸਾਰੇ। ਔਰ ਮੈਂ ਥੈਂਕਸ ਕਰਦੀ ਹਾਂ ਜੋ ਮੇਰਾ ਮਾਨ ਸਨਮਾਨ ਕਰਕੇ ਗਏ ਨੇ, ਔਰ ਮੇਰੇ ਵੀਰ ਇੰਦਗੜ ਜੀ ਔਰ ਬਲਦੇਵ ਸੇਖੋ, ਪਹਿਲਾਂ ਹੀ ਜਦੋਂ ਮੈਂ ਸਟੇਜ ਤੇ ਚੜੀ ਸੀ ਤੇ ਪਹਿਲਾਂ ਹੀ ਕਹਿੰਦੇ ਪੁੱਤ ਤੈਨੂੰ ਆਸ਼ੀਰਵਾਦ ਮਿਲ ਗਿਆ। ਥੈਂਕ ਯੂ ਜੀ, ਬਹੁਤ ਬਹੁਤ ਹੌਸਲਾ ਦਿੰਦਾ ਤੁਸੀਂ। ਔਰ ਸਾਡੇ ਫਾਦਰ ਸਾਹਿਬ ਕਾਲਾ US ਜੀ ਦੇ, ਉਹ ਵੀ ਇੱਥੇ ਸੂਬਾ ਦੇ ਬਰਾਜਮਾਨ ਨੇ, ਬਲਦੇਵ ਸਿੰਘ ਜੀ। ਸੋ ਇੱਕ ਵਾਰੀ ਇਹਨਾਂ ਦੇ ਨਾਮ ਤੇ ਤਾੜੀ ਮਾਰ ਦਿਓ ਜੀ ਸਾਰੇ। ਔਰ ਉਹ ਸੌਂਗ ਤੁਹਾਡੇ ਰੂਬਰੂ ਜੋ ਰਿਕਾਰਡ ਹੋ ਚੁੱਕਿਆ ਔਰ ਬਕਾਇਦਾ ਵੀਡੀਓ ਬਣ ਚੁੱਕੀ ਹੈ, ਕੁਛ ਲਾਈਨਾਂ ਉਹਦੀਆਂ ਮੈਂ ਤੁਹਾਡੇ ਰੂਬਰੂ ਕਰੂੰਗੀ। ਔਰ ਇੱਕ ਗੱਲ ਹੋਰ ਮੈਂ ਦੱਸਣ ਲੱਗੀ ਹਾਂ ਤੁਹਾਨੂੰ ਕਿ ਮੇਰੇ ਸੌਂਗ ਜੋ ਘੈਂਟ ਗੱਲ ਹੈ ਰਿਲੀਜ਼ ਹੋਇਆ ਜੀ, ਔਰ ਉਹ ਇੱਥੇ ਆਪਾਂ ਉਹਦੇ ਪੋਸਟਰ ਰਿਲੀਜ਼ ਕਰਨੇ ਨੇ ਘੈਂਟ ਗੱਲ। ਔਰ ਵੇ ਜੱਟੀ ਉੱਚ ਕਿਸੇ ਦੀ ਨਾ ਗੱਲ ਜਰਦੀ, ਪਤਾ ਨੀ ਕਿਉਂ ਪਾਣੀ ਤੇਰਾ ਰਹਿੰਦੀ ਭਰਦੀ, ਵੇ ਮੈਂ ਤਾਂ ਉਂਝ ਕਿਸੇ ਦੀ ਨਾ ਗੱਲ ਜਰਦੀ, ਪਤਾ ਨੀ ਕਿਉਂ ਪਾਣੀ ਤੇਰਾ ਰਹਿੰਦੀ ਭਰਦੀ, ਐਟੀਟਿਊਡ ਅਕੜਾ ਚ ਟੌਪ ਨਖਰਾ, ਤੂੰ ਤਾਂ ਗੁੱਸੇ ਨਾਲ ਰਹਿੰਦਾ ਸਦਾ ਲੋੜ ਕਰਿਆ, ਉਹ ਤੈਨੂੰ ਕਦੋਂ ਆਉਣੀ ਆ ਸਮਝ ਸੱਜਣਾ, ਵੇ ਤੂੰ ਅੱਲੜ ਦੇ ਸਾਹਾਂ ਵਾਲੀ ਡੋਲਣਿਆ, ਉਹ ਤੈਨੂੰ ਕਦੋਂ ਆਉਣੀ ਆ ਸਮਝ ਸੱਜਣਾ, ਵੇ ਤੂੰ ਅੱਲੜ ਦੇ ਸਾਹਾਂ ਵਾਲੀ ਡੋਰ ਬਣਿਆ, ਫੇਸ ਲੱਗੇ ਹੋਰ ਵੀ ਕਿਊਟ, ਮੈਂ ਮਨਾਉਂਦੀ ਹੁੰਦੀ ਜਦੋਂ ਨਾ ਤੂੰ ਮੰਨਦਾ, ਤੂੰ ਮੰਨ ਜਦੋਂ ਮਾਰਦਾ ਏ ਤਾਨੇ ਬੜਾ ਲੱਗਦਾ ਪਿਆਰਾ, ਆਖੇ ਤੇਰੇ ਤੋਂ ਪਿਆਰ ਜ਼ਿਆਦਾ ਆਵੇ ਗੰਨਦਾ, ਵੇ ਜਦੋਂ ਮਾਰਦਾ ਏ ਤਾਨੇ ਬੜਾ ਲੱਗਦਾ ਪਿਆਰਾ, ਆਖੇ ਤੇਰੇ ਤੋਂ ਪਿਆਰ ਜ਼ਿਆਦਾ ਆਵੇ ਗੰਨਦਾ, ਵੇ ਮੈਂ ਕਰਦੀ ਪਿਆਰ ਤਾਂ ਉਹ ਕੇਰ ਕਰਾਂ, ਵੇ ਮੈਂ ਕਰਦੀ ਪਿਆਰ ਤਾਂ ਉਹ ਕੇਰ ਕਰਾਂ, ਤੇਰਾ ਸਦਾ ਲਈ ਰਕਾਣਿਆ ਹੱਥ ਫੜਿਆ, ਵੇ ਤੈਨੂੰ ਕਦੋਂ ਆਉਣੀ ਆ ਸਮਝ ਸੱਜਣਾ, ਵੇ ਤੂੰ ਅੱਲੜ ਦੇ ਸਾਹਾਂ ਵਾਲੀ ਡੋਰ ਬਣਿਆ, ਉਹ ਤੈਨੂੰ ਕਦੋਂ ਆਉਣੀ
ਸੋਹਣਿਆ ਸਮਝ ਸੱਜਣਾ ਵੇ ਤੂੰ ਅੱਲੜ ਦੇ ਸਾਹਾਂ ਵਾਲੀ ਡੋਰ ਬਣਿਆ ਦੀਪੀਆਂ ਸਟੇਟ ਸਾਨੂੰ ਨੋਟ ਰਹਿੰਦੀ ਕਰਦੀ ਵੇ ਇਹਨਾਂ ਤੋਂ ਹੀ ਪਤਾ ਲੱਗੇ ਮੂੜਦਾ ਹੁਣ ਜਦੋਂ ਕੋਈ ਕਿਸੇ ਨਾਲ ਗੁੱਸੇ ਹੁੰਦਾ ਵਟਸਐਪ ਦਾ ਜ਼ਮਾਨਾ ਉਹਦੇ ਡੀਪੀ ਚੇਂਜ ਕਰ ਦਿੰਦੇ ਨਾਲ ਦੀ ਨਾਲ ਸਟੇਟਸ ਪਾ ਦਿੰਦੇ ਨੇ ਵੀ ਅੱਜ ਮੈਨੂੰ ਆਹ ਗੱਲ ਹੈ ਮੈਂ ਤਾਂ ਇਹ ਸਟੇਟਸ ਲਾਇਆ ਹੋਇਆ ਹੋ ਡੀਪੀਆਂ ਸਟੇਟ ਸਾਨੂੰ ਨੋਟ ਰਹਿੰਦੀ ਕਰਦੀ ਵੇ ਇਹਨਾਂ ਤੋਂ ਹੀ ਪਤਾ ਲੱਗੇ ਮੂੜਦਾ ਸੈਡ ਵੀ ਨੀ ਗੱਜ ਕਰਾਂ ਫਿਕਰ ਮੈਂ ਤੇਰੀ ਤੂੰ ਤਾਂ ਫੇਰ ਵੀ ਨੀ ਪੱਖ ਮੇਰਾ ਪੂਰਦਾ ਵੇ ਜਦੋਂ ਹੋਵੇ ਤੂੰ ਉਦਾਸ ਮੇਰੇ ਸਾਹ ਰੁਕ ਜਾਂਦੇ ਜਦੋਂ ਹੋਵੇ ਤੂੰ ਉਦਾਸ ਮੇਰੇ ਸਾਹ ਰੁਕ ਜਾਂਦੇ ਤੇਰਾ ਕੰਮ ਨਾ ਰਕਾਣ ਕੋਲੋਂ ਜਾਵੇ ਚਰਿਆ ਤੈਨੂੰ ਕਦੋਂ ਆਉਣੀਆਂ ਸਮਝ ਸੱਜਣਾ ਵੇ ਤੂੰ ਅੱਲੜ ਦੇ ਸਾਹਾਂ ਵਾਲੀ ਡੋਰ ਬਣਿਆ ਹੋ ਤੈਨੂੰ ਕਦੋਂ ਆਉਣੀਆਂ ਸਮਝ ਸੱਜਣਾ ਵੇ ਤੂੰ ਅੱਲੜ ਦੇ ਸਾਹਾਂ ਵਾਲੀ ਡੋਰ ਬਣਿਆ ਸੋ ਚੰਗਾ ਲੱਗਿਆ ਤਾਂ ਇੱਕ ਵਾਰੀ ਤਾੜੀ ਮਾਰ ਕੇ ਦੱਸ ਦਿਓ ਜੀ ਸਾਰੇ ਥੈਂਕ ਯੂ ਜੀ ਸੋ ਮੈਂ ਬਹੁਤ ਧੰਨਵਾਦ ਕਰਦੀ ਹਾਂ ਜਗਸੀਰ ਲੋਹਾਰਾ ਜੀ ਔਰ ਜਾਗਰ ਅਮਰੀ ਇਹਨਾਂ ਦੀ ਬਦੌਲਤ ਅੱਜ ਇੱਥੋਂ ਤੱਕ ਪਹੁੰਚੇ ਹਾਂ ਔਰ ਸਾਡੇ ਵਿੱਚ ਨੇ ਵੀਡੀਓ ਡਾਇਰੈਕਟਰ ਮੰਗਾ ਕੋਲੀਆ ਜੀ ਉਹ ਵੀ ਇੱਥੇ ਪਹੁੰਚੇ ਨੇ